ਜ਼ਿੰਦਗੀ ਦੀ ਕਹਾਣੀ ਮਿਸਟਰੀ ਹੁੰਦੀ ਹੈ, ਰੋਮਾਂਚਿਕ ਹੁੰਦੀ ਹੈ, ਰੋਮਾਂਟਿਕ ਹੁੰਦੀ ਹੈ, ਇੱਕ ਖੋਜ ਹੁੰਦੀ ਹੈ। ਕਾਮੇਡੀ ਤੋਂ ਸ਼ੁਰੂ ਹੋ ਕੇ ਟ੍ਰੈਜਡੀ ਤੇ ਖਤਮ ਹੁੰਦੀ ਹੈ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਨਾਲ ਗੂੰਜ ਉੱਠਿਆ ਬੀਤੇ ਵੀਰਵਾਰ ਨੂੰ ਮੁੰਬਈ ਦਾ ਸਿਨੇਮਾ ਹਾਲ, ਜਿੱਥੇ ਪੀਟੀਸੀ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣੀ ਫਿਲਮ ਜ਼ੋਰਾਵਰ ਦਾ ਜ਼ੋਰਦਾਰ ਟ੍ਰੇਲਰ ਲਾਂਚ ਕੀਤਾ ਗਿਆ। ਹਨੀ ਸਿੰਘ, ਪਾਰੁਲ ਗੁਲਾਟੀ, ਵਿਜੇ ਬਾਨੀ, ਮੁਕੁਲ ਦੇਵ ਅਤੇ ਪਵਨ ਮਲਹੋਤਰਾ ਸਟਾਰ ਫਿਲਮ ਜ਼ੋਰਾਵਰ ਉਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦਾ ਟ੍ਰੇਲਰ ਮੁੰਬਈ ਵਿਖੇ ਲਾਂਚ ਕੀਤਾ ਗਿਆ ਹੈ। ਜਿਹਨੂੰ ਮੈਂ 25 ਸਾਲਾਂ ਤੋਂ ਨਹੀਂ ਲੱਭ ਸਕਿਆ, ਤੂੰ ਉਹਨੂੰ ਇੱਕ ਦਿਨ ਚ ਕਿਵੇਂ ਲੱਭ ਲਏਗਾ? ਪਰ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਸ ਇਨਸਾਨ ਨੂੰ ਲੱਭਣ ਦੀ ਕੋਸ਼ਿਸ਼ ਵੀ ਨਾ ਕਰਾਂ ਜਿਹਦਾ ਖੂਨ ਮੇਰੀ ਰਗਾਂ 'ਚ ਦੌੜ ਰਿਹਾ। ਸਿਰਫ ਇਹੀ ਨਹੀਂ, ਡਰਬਨ ਸਾਊਥ ਅਫਰੀਕਾ ਵਿਖੇ ਸ਼ੂਟ ਹੋਈ ਅਤੇ ਪੰਜਾਬੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਹੋਣ ਦਾ ਮਾਨ ਵੀ ਜ਼ੋਰਾਵਰ ਨੂੰ ਹਾਸਲ ਹੈ, ਜਿਸ ਦੇ ਟ੍ਰੇਲਰ ਲਾਂਚ ਮੌਕੇ ਤੇ ਫਿਲਮ ਦੀ ਸਟਾਰਕਾਸਟ ਸਨੇ ਪੀਟੀਸੀ ਨੈਟਵਰਕ ਦੇ CEO ਰਾਜੀ ਐਮ ਸ਼ਿੰਦੇ ਅਤੇ ਪ੍ਰੈਜ਼ੀਡੈਂਟ ਰਵਿੰਦਰ ਨਾਰਾਇਣ ਵੀ ਮੌਜੂਦ ਸਨ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਖਚਾਖਚ ਭਰੇ ਹਾਲ ਵਿੱਚ ਜਦ ਟ੍ਰੇਲਰ ਲਾਂਚ ਕੀਤਾ ਗਿਆ ਤੇ ਆਪਣੇ ਚਹੀਤੇ ਯੋਯੋ ਹਨੀ ਸਿੰਘ ਨੂੰ ਆਪਣੇ ਵਿਚਕਾਰ ਵੇਖ ਕੇ ਸਾਰਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਅਤੇ ਟ੍ਰੇਲਰ ਦੇ ਲਾਂਚ ਹੋਣ ਮਗਰੋਂ ਉਸ ਨੂੰ ਪਰਵਾਂ ਹੁੰਗਾਰਾ ਦਿੱਤਾ ਗਿਆ। ਅੱਜ ਦੀ ਹੈ ਦੇਖੋ ਰਾਤ ਜਸ਼ਨ ਦੀ, ਥੋੜੇ ਬੋਲੇ ਦੇਖੋ ਗੈਂਗਸਟਰ ਫਨ ਦੀ, ਗੈਂਗਸਟਰਸ ਮੇਰੇ ਯਾਰਾਂ ਨੂੰ ਨਾ ਰੋਕੋ, ਵੈਰੀ ਜਿੱਥੇ ਮਿਲੇ ਉਹਨੂੰ ਉੱਥੇ ਠੋਕੋ, ਪੈਗ ਪਟਿਆਲਾ ਸ਼ੇਰ ਜੇ ਬੁੱਢਾ ਹੋ ਜਾਏ ਜਿੰਨਾ ਮਰਜ਼ੀ ਆਦਮਖੋਰ ਹੋ ਜਾਂਦਾ। ਕਾਲੀ ਮੈਨੂੰ ਪਈ ਮੇਰੀ UK ਦੀ ਫਲੈਟ ਹੈ, ਫਲੈਟ ਮੈਂ ਚਲਾਉਣੀ ਕਿਉਂਕਿ ਜੱਟ ਅੱਜ ਟਾਟ ਹੈ। ਉਥੇ ਇਸ ਦੌਰਾਨ ਜਦ ਯੋਯੋ ਹਨੀ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਇਹ ਉਹਨਾਂ ਲਈ ਸਭ ਤੋਂ ਅਹਿਮ ਪ੍ਰੋਜੈਕਟ ਹੈ ਅਤੇ PTC ਮੋਸ਼ਨ ਪਿਕਚਰਸ ਨਾਲ ਜੁੜਨਾ ਉਹਨਾਂ ਲਈ ਮਾਣ ਦੀ ਗੱਲ ਹੈ। ਇਹ ਕਹਾਣੀ ਹੈ ਫੌਜੀ ਦੇ ਖੋਜ ਦੀ, ਉਹਦੀ ਆਪਣੀ ਪਹਿਚਾਣ ਲਈ। ਰੌਕ ਸਟਾਰ ਸੁਪਰਮੈਨ ਵੀ ਅੱਜ ਕੱਲ੍ਹ ਇਹਨਾਂ ਨੂੰ ਕਿਹਾ ਜਾ ਰਿਹਾ। ਸਾਡੇ ਨਾਲ ਨੇ ਦ ਵਨ ਐਂਡ ਓਨਲੀ ਮੈਨ ਇਨ ਦਾ ਹਾਊਸ ਯੋਯੋ ਹਨੀ ਸਿੰਘ। ਕੀ ਹਾਲ ਨੇ ਭਾਅ ਜੀ? ਯੋਯੋ, ਆਮ ਗੁੱਡ, ਗ੍ਰੇਟ, ਬਹੁਤ ਵਧੀਆ ਜੀ। ਭਾਅ ਜੀ, ਜ਼ੋਰਾਵਰ ਦਾ ਟੀਜ਼ਰ ਆ ਗਿਆ, ਬੜਾ ਪਰਵਾਹ ਹੁੰਗਾਰਾ ਮਿਲ ਰਿਹਾ, ਹੁਣ ਟ੍ਰੇਲਰ ਵੀ ਆ ਗਿਆ, ਕੀ ਕਹਿਣਾ ਚਾਹੋਗੇ ਉਸ ਬਾਰੇ? ਬਸ ਆਈ ਥਿੰਕ ਟ੍ਰੇਲਰ ਅੱਜ ਲਾਂਚ ਹੋਇਆ ਅਤੇ ਸਾਰਿਆਂ ਨੂੰ ਆਈ ਹੋਪ ਕਿ ਪਸੰਦ ਆਏਗਾ, ਐਂਡ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ, PTC ਵਾਲਿਆਂ ਨੇ, ਰਾਜੀ ਮੈਮ ਨੇ, ਰਵਿੰਦਰ ਸਰ ਨੇ ਅਤੇ ਸਾਡੇ ਡਾਇਰੈਕਟਰ ਵਿਨਿਲ ਮਾਰਕਰ ਨੇ ਅਤੇ ਪੂਰੀ ਟੀਮ ਨੇ ਐਸ ਵੈਲ, ਜਿਹੜੀ ਪੂਰੀ ਕਾਸਟ ਹੈ ਉਹਨਾਂ ਨੇ ਬਹੁਤ, ਮੈਨੂੰ ਵੀ ਬਹੁਤ ਹੈਲਪ ਕੀਤੀ ਹੈ ਐਕਟ ਕਰਨ 'ਚ, ਸਪੈਸ਼ਲੀ ਪਵਨ ਮਲਹੋਤਰਾ ਸਰ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ ਹਾਊ ਟੂ ਐਕਟ, ਜਿਹੜਾ ਡਰਾਮਾ ਸੀਕੁਐਂਸ ਹੈ ਸੀਰੀਅਸ, ਕਿਉਂਕਿ ਇਹ ਫਿਲਮ ਥੋੜ੍ਹੀ ਸੀਰੀਅਸ ਹੈ ਅਤੇ ਐਕਸ਼ਨ ਹੈ, ਕਾਫੀ ਰੀਅਲਿਸਟਿਕ ਐਕਸ਼ਨ ਹੈ ਇਹਦੇ 'ਚ, ਅਤੇ ਕਾਫੀ ਸਾਰਿਆਂ ਨੇ ਬਹੁਤ ਹੈਲਪ ਕੀਤੀ ਹੈ ਅਤੇ ਬਹੁਤ ਵਧੀਆ ਕੰਮ ਕੀਤਾ, ਆਈ ਹੋਪ ਸਾਰਿਆਂ ਨੂੰ ਪਸੰਦ ਆਏਗਾ। ਅਤੇ ਕਿਹਾ ਜਾ ਰਿਹਾ ਫਿਲਮ ਦਾ ਟ੍ਰੇਲਰ ਜਦ ਮੈਂ ਵੇਖਿਆ ਉਸ 'ਚ ਕਹਿ ਰਿਹਾ ਕਿ ਫੌਜੀ ਦੇ ਖੋਜ, ਅਤੇ ਕਿਤੇ ਨਾ ਕਿਤੇ ਤੁਹਾਡੀ ਵੀ ਅਜਿਹੇ ਕਿਰਦਾਰ ਦੀ ਭਾਲ ਸੀ ਜਿਹੜੀ ਪੂਰੀ ਹੋ ਗਈ ਹੈ। ਹਾਂਜੀ, ਆਲਮੋਸਟ, ਕਿਉਂਕਿ ਅਸੀਂ ਮਤਲਬ ਜੋ ਮਰਜ਼ੀ ਹੋਈਏ, ਭਾਵੇਂ ਆਰਟਿਸਟ ਹੋਈਏ, ਭਾਵੇਂ ਕੋਈ ਬਿਜ਼ਨਸਮੈਨ ਆਏਗਾ, ਭਾਵੇਂ ਕੋਈ ਕਿਤੇ ਜੋਬ ਕਰਦਾ, ਬਟ ਸਾਰਿਆਂ ਦੀ ਫੈਸੀਨੇਸ਼ਨ ਜਿਹਨੂੰ ਕਹਿੰਦੇ ਆ, ਮਤਲਬ ਸਾਰੇ ਜਿਹਨੂੰ ਦੇਖਦੇ ਆ, ਉਹ ਸਭ ਤੋਂ ਜ਼ਿਆਦਾ ਫੌਜੀਆਂ ਨੂੰ ਦੇਖਦੇ ਆ ਆਪਣੇ ਦੇਸ਼ 'ਤੇ, ਕਿਉਂਕਿ ਉਹ ਸਾਡੇ ਰੀਅਲ ਹੀਰੋਜ਼ ਨੇ, ਅਤੇ ਇਹੋ ਜਿਹੇ ਕਿਰਦਾਰ ਮੈਨੂੰ ਪਲੇ ਕਰਨ ਨੂੰ ਮਿਲਿਆ ਕਿ ਇੱਕ ਸਪੈਸ਼ਲ ਏਜੰਟ ਦਾ, ਸਪੈਸ਼ਲ ਫੋਰਸਿਸ ਦਾ, ਤੋ ਮੈਨੂੰ ਬਹੁਤ ਵਧੀਆ ਲੱਗਿਆ, ਮੈਂ ਕਿਹਾ ਇਹਨੂੰ ਕਰਦੇ ਹਾਂ। ਅੱਜ ਦੀ ਹੈ ਦੇਖੋ ਰਾਤ ਜਸ਼ਨ ਦੀ, ਥੋੜੇ ਬੋਲੇ ਦੇਖੋ ਗੈਂਗਸਟਰ ਫਨ ਦੀ, ਗੈਂਗਸਟਰਸ ਮੇਰੇ ਯਾਰਾਂ ਨੂੰ ਨਾ ਰੋਕੋ, ਵੈਰੀ ਜਿੱਥੇ ਮਿਲੇ ਉਹਨੂੰ ਉੱਥੇ ਠੋਕੋ, ਪੈਗ ਪਟਿਆਲਾ ਸ਼ੇਰ ਜੇ ਬੁੱਢਾ ਹੋ ਜਾਏ ਜਿੰਨਾ ਮਰਜ਼ੀ ਆਦਮਖੋਰ ਹੋ ਜਾਂਦਾ। ਕਾਲੀ ਮੈਨੂੰ ਪਈ ਮੇਰੀ UK ਦੀ ਫਲੈਟ ਹੈ, ਫਲੈਟ ਮੈਂ ਚਲਾਉਣੀ ਕਿਉਂਕਿ ਜੱਟ ਅੱਜ ਟਾਟ ਹੈ। ਪਹਿਲੀ ਫਿਲਮ ਹੈ ਪੰਜਾਬੀ ਫਿਲਮ ਜਿਸ ਨੂੰ ਡਰਬਨ ਦੇ ਵਿੱਚ ਸ਼ੂਟ ਕੀਤਾ ਗਿਆ ਅਤੇ ਨਾਲ ਦੇ ਨਾਲ ਪਹਿਲੀ ਵਾਰੀ ਤੁਸੀਂ PTC ਮੋਸ਼ਨ ਪਿਕਚਰਸ ਦੇ ਵਿੱਚ ਕੰਮ ਕਰ ਰਹੇ ਹੋ, ਕਿਹੋ ਜਿਹਾ ਓਵਰਆਲ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਰਿਹਾ ਹੁਣ? ਬਹੁਤ ਵਧੀਆ ਐਕਸਪੀਰੀਅੰਸ, ਮੇਰੀ ਸ਼ੁਰੂ ਤੋਂ ਜਰਨੀ ਜਿਹੜੀ ਰਹੀ ਹੈ, ਮੈਂ ਪੰਜਾਬ ਤੋਂ ਸ਼ੁਰੂ ਕੀਤਾ ਸੀ ਐਜ਼ ਅ ਮਿਊਜ਼ਿਕ ਡਾਇਰੈਕਟਰ, ਉਸੇ ਟਾਈਮ ਤੋਂ ਲੈ ਕੇ PTC ਦਾ ਬਹੁਤ ਵੱਡਾ ਸਪੋਰਟ ਰਿਹਾ ਮੇਰੇ 'ਤੇ, ਅਤੇ ਫਿਰ ਜਦੋਂ PTC ਮੋਸ਼ਨ ਪਿਕਚਰ ਸ਼ੁਰੂ ਹੋਇਆ ਅਤੇ ਮੇਰੇ ਸਾਹਮਣੇ ਹੀ ਇਹ ਪ੍ਰੋਡਕਸ਼ਨ ਹਾਊਸ ਸ਼ੁਰੂ ਹੋਇਆ, ਇਹਦਾ ਜਿੰਗਲ ਜਿਹੜਾ ਇਹਦਾ ਬੈਕਗਰਾਊਂਡ ਦਾ, ਇੱਕ ਜਦੋਂ ਲੋਗੋ ਆਉਂਦਾ ਇਹਦਾ PTC ਦਾ, ਉਹਦਾ ਜਿੰਗਲ ਮੈਂ ਕੰਪੋਜ਼ ਕੀਤਾ ਸੀਗਾ, ਸੋ ਮੇਰੇ ਸਾਹਮਣੇ ਇਹ ਪ੍ਰੋਡਕਸ਼ਨ ਹਾਊਸ ਸ਼ੁਰੂ ਹੋਇਆ ਅਤੇ 2-3 ਫਿਲਮਾਂ ਕੀਤੀਆਂ ਇਹਨਾਂ ਨੇ, ਅਤੇ ਬਾਅਦ 'ਚ ਰਾਜੀ ਮੈਮ ਨੇ ਮੈਨੂੰ ਕਿਹਾ ਵੀ ਅਸੀਂ ਪਲਾਨ ਕਰ ਰਹੇ ਹਾਂ ਕਿ ਤੁਸੀਂ ਕੁਛ ਕਰੋ,
ਮੈਂ ਕਿਹਾ ਲੈਟਸ ਸੀ ਜੇ ਤੁਹਾਨੂੰ ਲੱਗਦਾ ਮੇਰੇ 'ਤੇ ਬਿਲੀਵ ਹੈ, ਕਿਉਂਕਿ ਉਹ ਉਹਨਾਂ ਨੂੰ ਮੇਰੇ 'ਤੇ ਬਹੁਤ ਫੇਥ ਹੈ ਸ਼ੁਰੂ ਤੋਂ ਹੀ, ਅਤੇ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਮੈਂ ਕੁਝ ਕਰ ਸਕਦਾ ਤਾਂ ਬਿਲਕੁਲ ਕਰਦੇ ਹਾਂ। ਅਤੇ ਫਿਰ ਅਸੀਂ ਇਹ ਅਟੈਂਪਟ ਕੀਤਾ, ਅਤੇ ਸਟੋਰੀ ਬਹੁਤ ਡਿਫਰੈਂਟ ਸੀਗੀ। ਨਾਲੇ ਵਿਨਿਲ ਮਾਰਕਰ ਨੂੰ ਮੈਂ ਤਕਰੀਬਨ 11 ਸਾਲ ਤੋਂ ਜਾਣਦਾ, ਉਹਨਾਂ ਨੇ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਕੀਤਾ ਸੀ ਅਸ਼ੋਕ ਮਸਤੀ ਨਾਲ ਖੜਕੇ ਗਲਾਸੀ, ਅਤੇ ਮਿਲਿਆ ਮੈਂ ਉਹਨਾਂ ਨੂੰ ਕਾਫੀ ਚਿਰ ਬਾਅਦ ਹਾਂ, ਉਸ ਦੌਰਾਨ ਵਿੱਚ ਮਿਲਿਆ ਨਹੀਂ, ਅਤੇ ਜਦੋਂ ਮਿਲਿਆ ਉਹਨਾਂ ਨੇ ਸਟੋਰੀ ਸੁਣਾਈ ਮੈਨੂੰ ਵਧੀਆ ਲੱਗੀ, ਅਤੇ ਮੈਂ ਕਿਹਾ ਹੋ ਸਕਦੀ ਹੈ, ਅਤੇ ਕਹਿੰਦੇ ਹੋ ਸਕਦੀ ਆ, ਮੈਂ ਕਿਹਾ ਚਲੋ ਲੈਟਸ ਸੀ ਲੈਟਸ ਟਰਾਈ ਦੈਨ। ਅਤੇ ਇਹਦੇ 'ਚ ਹੈਂਡ ਫਾਈਟ ਐਕਸ਼ਨ ਕਾਫੀ ਸੀਗਾ, ਅਤੇ ਮੈਂ ਕਿਹਾ ਉਹਦੇ 'ਚ ਮੈਂ ਬੋਡੀ ਡਬਲ ਨਹੀਂ ਯੂਜ਼ ਕਰਨਾ, ਸਾਰਾ ਕੁਝ ਆਪੇ ਕਰੂੰਗਾ, ਅਤੇ ਉਹ ਆਪੇ ਟ੍ਰੇਨ ਕਰਕੇ ਫਿਰ ਕੀਤਾ। ਆਈ ਹੋਪ ਲੋਕਾਂ ਨੂੰ ਪਸੰਦ ਆਏਗਾ। ਇਹ ਕਹਾਣੀ ਹੈ ਫੌਜੀ ਦੇ ਖੋਜ ਦੀ, ਉਹਦੀ ਆਪਣੀ ਪਹਿਚਾਣ ਲਈ। ਅਤੇ ਚਾਹਾਂਗੇ ਕਿ ਫੈਨਸ ਲਈ ਜੋ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਇਸ ਫਿਲਮ ਦਾ, ਕੀ ਸੁਣਿਆ ਖਾਸ ਤੌਰ 'ਤੇ ਐਕਸਕਲੂਸਿਵਲੀ ਔਨ PTC ਯੋ ਹਨੀ ਸਿੰਘ ਵੱਲੋਂ? ਬਸ ਇਹੀ ਹੈ ਕਿ ਵੀ ਸਾਰੇ ਪਹੁੰਚੋ, ਫੈਮਲੀ ਫਿਲਮ ਹੈ ਅਤੇ ਯੂਥ ਦੀ ਫਿਲਮ ਹੈ ਅਤੇ ਬਹੁਤ ਇੰਸਪਾਇਰਿੰਗ ਫਿਲਮ ਹੈ, ਅਤੇ ਫੈਮਲੀ ਦੀ ਹੈ ਐਕਚੁਅਲੀ ਤਾਂ, ਜੇ ਮੈਂ ਮੇਨ ਕਹੂੰਗਾ ਤਾਂ ਇਟਸ ਆਲ ਅਬਾਊਟ ਕਿ ਇੱਕ ਮੁੰਡਾ ਫੌਜੀ ਹੈ, ਅਤੇ ਫੌਜੀ ਹੋਣ ਸਾਰਿਆਂ ਨੂੰ ਪਤਾ ਵੀ ਫੌਜੀ ਬਹੁਤ ਵੀ ਸਖਤ ਹੁੰਦੇ ਆ, ਬਟ ਫੌਜੀ ਅੰਦਰੋਂ ਵੀ ਰਿਸ਼ਤੇ ਉਹਨਾਂ ਲਈ ਕਿੰਨੇ ਇੰਪੋਰਟੈਂਟ ਨੇ, ਮਾਪੇ ਉਹਨਾਂ ਲਈ ਕਿੰਨੇ ਇੰਪੋਰਟੈਂਟ ਨੇ, ਉਹ ਵੀ ਇਹਦੇ 'ਚ ਮੂਵੀ 'ਚ ਅੱਛੀ ਤਰ੍ਹਾਂ ਅਸੀਂ ਵੇਖ ਸਕਦੇ ਹਾਂ। ਅਤੇ ਸਾਰੇ ਪੰਜਾਬੀਆਂ ਲਈ ਬਹੁਤ ਵਧੀਆ ਫਿਲਮ ਹੈ, ਆਈ ਥਿੰਕ ਸਾਰਿਆਂ ਨੂੰ ਪਸੰਦ ਆਏਗੀ। ਸੋ ਪਲੀਜ਼ 6 ਮਈ ਨੂੰ ਪਹੁੰਚਿਓ ਸਾਰੇ, ਦੇਖਿਓ ਜੀ ਪਲੀਜ਼। ਜਿੱਦਾਂ ਦਾ ਤੇਰਾ ਨਾਂ ਉਦਾਂ ਦਾ ਤੇਰਾ ਕੰਮ। ਜ਼ੋਰਾਵਰ, ਤੇਰੇ ਅੰਦਰ ਇੰਨੀ ਹਿੰਮਤ ਅਤੇ ਇੰਨੀ ਤਾਕਤ ਆਈ ਕਿੱਥੋਂ ਹੈ? ਸਾਡੀ ਸਿੰਘਾਂ ਦੀ ਕੌਮ ਹੈ ਸਰ, ਸ਼ਹੀਦਾਂ ਦੀ ਕੌਮ, ਸਾਨੂੰ ਇਹ ਹਿੰਮਤ ਇਹ ਤਾਕਤ ਸਾਡੀ ਕੌਮ 'ਚੋਂ ਮਿਲੀ ਹੈ ਸਰ। ਮੁੰਬਈ ਵਿਖੇ ਹੋਏ ਜ਼ੋਰਾਵਰ ਫਿਲਮ ਦੇ ਟ੍ਰੇਲਰ ਲਾਂਚ ਦੇ ਰੰਗਾਰੰਗ ਪ੍ਰੋਗਰਾਮ ਦੀ ਰੰਗਤ ਨੂੰ ਆਓ ਹੁਣ ਕੁਝ ਅੱਗੇ ਤੋਰਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦਾ ਮੋਸ਼ਨ ਪੋਸਟਰ ਸਮੂਹ ਬਾਲੀਵੁੱਡ ਇੰਡਸਟਰੀ ਸਾਹਮਣੇ ਜ਼ੀ ਸਿਨੇ ਅਵਾਰਡ ਵਿਖੇ ਲਾਂਚ ਕੀਤਾ ਗਿਆ ਸੀ, ਜਿਸ ਨੂੰ ਵੇਖ ਬਾਲੀਵੁੱਡ ਦੇ ਬਾਦਸ਼ਾਹ ਕਿੰਗ ਖਾਨ ਸ਼ਾਹਰੁਖ ਵੱਲੋਂ ਵੀ ਯੋ ਹਨੀ ਸਿੰਘ ਨੂੰ ਖਾਸ ਤੌਰ 'ਤੇ ਵਧਾਈ ਦਿੱਤੀ ਗਈ ਸੀ। ਇਸ ਬਾਰੀ ਮੈਂ ਇੱਕ ਪੰਜਾਬੀ ਫਿਲਮ ਮੈਨੇ ਵੀ ਕੀ ਹੈ ਔਰ ਉਸਕਾ ਮੋਸ਼ਨ ਪੋਸਟਰ ਰਿਲੀਜ਼ ਕਰਨੇ ਯਹਾਂ ਪਰ ਆਇਆ ਹੂੰ, ਜੋ 6th ਆਫ ਮੇ ਕੋ ਰਿਲੀਜ਼ ਹੋ ਰਹੀ ਹੈ। Fantastic, let's hear it for Yo-Yo Honey Singh's film Zoraavar. I'm a Superman. Baby, I'm a Superman. Baby, I'm a Superman. Whoa! ਉੱਥੇ ਇਸ ਫਿਲਮ ਵਿੱਚ ਅਹਿਮ ਰੋਲ ਅਦਾ ਕਰ ਰਹੇ ਬਿਹਤਰੀਨ ਅਦਾਕਾਰ ਪਵਨ ਮਲਹੋਤਰਾ ਦੀ ਮੰਨੀਏ ਤਾਂ ਇਸ ਫਿਲਮ ਦੀ ਕਹਾਣੀ, ਪੱਧਰ ਅਤੇ ਇਸ ਵਿੱਚ ਨਜ਼ਰ ਆ ਰਿਹਾ ਐਕਸ਼ਨ ਕਿਸੇ ਬਾਲੀਵੁੱਡ ਫਿਲਮ ਨਾਲੋਂ ਘੱਟ ਨਹੀਂ। ਦਰਅਸਲ ਇਹ ਇੱਕ ਬਾਲੀਵੁੱਡ ਫਿਲਮ ਹੈ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਬਣਾਇਆ ਗਿਆ ਹੈ। ਜਿਹਨੂੰ ਮੈਂ 25 ਸਾਲਾਂ ਤੋਂ ਨਹੀਂ ਲੱਭ ਸਕਿਆ, ਤੂੰ ਨੂੰ ਇੱਕ ਦਿਨ 'ਚ ਕਿਵੇਂ ਲੱਭ ਲਏਗਾ? ਜਦੋਂ ਦੇ ਪੰਜਾਬੀ ਸਿਨੇਮਾ ਵਿੱਚ ਇਹਨਾਂ ਨੇ ਐਂਟਰੀ ਕੀਤੀ, ਇਹਨਾਂ ਦੀ ਅਦਾਕਾਰੀ ਦੇ ਬੜੇ ਚਰਚੇ ਰਹੇ ਨੇ। ਇਸ ਫਿਲਮ ਜ਼ੋਰਾਵਰ ਵਿੱਚ ਬੜੀ ਮੁੱਖ ਭੂਮਿਕਾ ਨਿਭਾ ਰਹੇ ਨੇ ਸਾਡੇ ਨਾਲ ਪਵਨ ਮਲਹੋਤਰਾ ਜੀ ਨੇ, ਜੀ ਆਇਆਂ ਨੂੰ PTC ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ। PTC ਦੇ ਸਭੀ ਦੇਖਣ ਵਾਲਿਆਂ ਨੂੰ ਪਵਨ ਰਾਜ ਮਲਹੋਤਰਾ ਦਾ ਸਤਿ ਸ਼੍ਰੀ ਅਕਾਲ। ਭਾਅ ਜੀ, ਜਾਣਨਾ ਚਾਹਾਂਗੇ ਕਿ ਜ਼ੋਰਾਵਰ ਬੜਾ ਗ੍ਰੈਂਡ ਟ੍ਰੇਲਰ ਲਾਂਚ ਜਿਹੜਾ ਉਹ ਹੋਇਆ ਮੁੰਬਈ ਵਿਖੇ, ਹਨੀ ਸਿੰਘ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਅਤੇ PTC ਨਾਲ ਜੁੜਨ ਦਾ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ? ਬਹੁਤ ਅੱਛਾ ਐਕਸਪੀਰੀਅੰਸ, ਔਰ ਇੱਕ ਤਾਂ ਪਹਿਲੀ ਚੀਜ਼ ਇਹ ਕਹਿਣਾ ਚਾਹਾਂਗਾ ਕਿ ਇਸ ਤੋਂ ਪਹਿਲੇ ਪੰਜਾਬ ਵਿੱਚ ਮੇਰੀ 2 ਫਿਲਮਾਂ ਰਿਲੀਜ਼ ਹੋਈ ਹਨ, ਪੰਜਾਬ 84 ਔਰ ਇਹ ਜਨਮ ਤੁਹਾਰੇ ਲਿਖੇ, ਹੁਣ ਜ਼ੋਰਾਵਰ ਇੱਕ ਅਲੱਗ ਫਿਲਮ ਹੈ, ਅਲੱਗ ਤਰ੍ਹਾਂ ਦੀ ਕਹਾਣੀ ਸੁਣਾਈ ਗਈ ਹੈ, ਔਰ ਹਨੀ ਨਾਲ ਕੰਮ ਕਰਨ ਦਾ ਐਕਸਪੀਰੀਅੰਸ, PTC ਨਾਲ ਕੰਮ ਕਰਨ ਦਾ ਐਕਸਪੀਰੀਅੰਸ, ਬਹੁਤ ਖੁਸ਼ ਹਾਂ। ਚਾਹਾਂਗਾ ਕਿ ਦੁਬਾਰਾ ਇਹੋ ਜਿਹਾ ਫਿਰ ਤੋਂ ਕੁਛ ਫਿਰ ਇੱਕ ਕੋਈ ਪ੍ਰੋਜੈਕਟ ਬਣੇ, ਫਿਰ ਅਸੀਂ ਐਸੀ ਤਰ੍ਹਾਂ ਦੀ ਟੀਮ ਕੰਮ ਕਰੀਏ। ਔਰ ਫਿਲਮ ਤਾਂ ਮੈਂ ਥੋੜ੍ਹਾ ਧਿਆਨ ਰੱਖਣਾ ਕੋਸ਼ਿਸ਼ ਕਰਨਾ, ਥੋੜ੍ਹਾ ਰੱਬ ਅਗਰ ਸਾਥ ਦੇ ਤਾਂ ਚੰਗੀ ਫਿਲਮਾਂ, ਅਲੱਗ ਕਿਰਦਾਰ, ਅਲੱਗ ਫਿਲਮਾਂ ਕੀਤੀ ਜਾਣ। ਪਰ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੇ ਬਾਅਦ, ਸ਼ੂਟਿੰਗ ਦੇ ਬਾਅਦ ਜਿਹੜੀ ਸ਼ਾਮ ਅਸੀਂ ਬਿਤਾਉਂਦੇ ਸੀ ਉਹ ਵੀ ਬਹੁਤ ਸਵਾਦ ਆਇਆ ਅਤੇ ਬਹੁਤ ਅੱਛਾ ਲੱਗਾ। ਬਸ ਹੁਣ ਜੇ ਰੱਬ ਦੀ ਮਿਹਰ ਹੋਈ, ਆਡੀਅੰਸ ਨੂੰ ਜੇ ਫਿਲਮ ਪਸੰਦ ਆਈ ਤਾਂ ਹੋਰ ਖੁਸ਼ੀ ਹੋਏਗੀ, ਸੋਨੇ ਦਾ ਸੁਹਾਗਾ ਹੋ ਜਾਏਗਾ। ਤੁਸੀਂ ਜਦ ਫਿਲਮ ਨਾਲ ਐਸੋਸੀਏਟ ਹੁੰਦੇ ਹੋ ਤਾਂ ਆਡੀਅੰਸ ਦੀ ਉਮੀਦਾਂ ਜਿਹੜੀਆਂ ਨੇ ਉਹ ਬੜੀਆਂ ਵੱਧ ਜਾਂਦੀਆਂ ਨੇ ਕਿ ਵਾਕਈ ਇਹ ਫਿਲਮ ਜਿਹੜੀ ਡਿਫਰੈਂਟ ਹੋਏਗੀ, ਲੀਕ ਤੋਂ ਹਟ ਕੇ ਹੋਏਗੀ, ਇਸ ਫਿਲਮ ਨਾਲ ਜੁੜਨ ਦਾ ਮੁੱਖ ਮਕਸਦ ਤੁਹਾਡਾ ਕੀ ਰਿਹਾ? ਜਿਵੇਂ ਮੈਂ ਕਿਹਾ ਕਿ ਪੰਜਾਬ ਵਿੱਚ ਅਗਰ ਦੇਖੋ ਤਾਂ ਮੋਟਾ ਮੋਟਾ, ਮੈਂ ਨਹੀਂ ਕਹਿ ਰਿਹਾ ਕਿ ਸਭੀ ਹੋ, ਲੇਕਿਨ ਜ਼ਿਆਦਾਤਰ 3-4 ਸਬਜੈਕਟਸ ਦੇ ਆਸ ਪਾਸ, 3 ਸਬਜੈਕਟਸ ਦੇ ਆਸ ਪਾਸ ਹੁੰਦਾ।
ਬਟ ਇਹ ਬਹੁਤ ਜ਼ਰੂਰੀ ਹੈ ਕਿ ਹੁਣ ਸਾਡੇ ਆਡੀਅੰਸ ਪੰਜਾਬ ਦੇ ਆਡੀਅੰਸ ਅਲੱਗ ਕਹਾਣੀਆਂ ਵਿੱਚ ਇੰਟਰਸਟ ਲੈਣ ਕਿ ਬਈ ਅਸੀਂ ਫਿਲਮ ਦੇਖਣ ਜਾ ਰਹੇ ਹਾਂ ਜਿਹਦੇ 'ਚ ਅਲੱਗ ਕਹਾਣੀ ਹੈ, ਹੀਰੋ ਹੈ, ਰੋਮਾਂਸ ਹੈ, ਐਕਸ਼ਨ ਹੈ। ਔਰ ਇਹ ਜ਼ਰੂਰ ਕਹਾਂਗਾ ਜਿੰਨਾ ਵੀ ਮੈਂ ਦੇਖਿਆ ਜਿਹੋ ਜਿਹਾ ਐਕਸ਼ਨ ਇਸ ਫਿਲਮ 'ਚ ਹੈਗਾ ਜ਼ੋਰਾਵਰ 'ਚ, ਹਾਲੇ ਤੱਕ ਕਿਸੇ ਪੰਜਾਬੀ ਫਿਲਮ 'ਚ ਇਹੋ ਜਿਹਾ ਐਕਸ਼ਨ ਨਹੀਂ ਆਇਆ ਹੋਏਗਾ। ਕਹਾਣੀ ਤਾਂ ਚੰਗੀ ਹੈ ਹੀ, ਡਾਇਰੈਕਟਰ ਨੇ ਆਪਣਾ ਕੰਮ ਕੀਤਾ, ਕਾਸਟ ਬੜੀ ਇੰਟਰਸਟਿੰਗ ਹੈ, ਸਭ ਨੇ ਮਜ਼ਾ ਲੈ ਕੇ ਕੰਮ ਕੀਤਾ, ਸਭ ਨੇ ਕੋਸ਼ਿਸ਼ ਕੀਤੀ ਕਿ ਆਪਣਾ ਬੈਸਟ ਦੇਣ, ਸੋ ਲੋਕੇਸ਼ਨਸ ਵਗੈਰਾ ਸਭ ਸਭ ਕੁਝ ਬਹੁਤ ਅੱਛਾ ਹੈ। ਬਾਕੀ ਤਾਂ ਫਿਲਮ ਜਿਸਲੇ ਮਾਰਕੀਟ 'ਚ ਆਉਂਦੀ ਹੈ ਆਡੀਅੰਸ ਕੀ ਜਵਾਬ ਦਿੰਦੇ ਨੇ, ਕਿਹੋ ਜਿਹਾ ਉਹਨਾਂ ਦਾ ਰਿਐਕਸ਼ਨ ਆਉਂਦਾ, ਉਹ ਬਹੁਤ ਜ਼ਰੂਰੀ ਹੈ। ਤੱਕ ਜਿੰਨਾ ਹੁੰਗਾਰਾ ਮਿਲ ਰਿਹਾ, ਉਮੀਦ ਕਰਦੇ ਹਾਂ ਕਿ ਅੱਗੇ ਵੀ ਲੋਕ ਹੁੰਮ ਹੁੰਮ ਆ ਕੇ ਪਹੁੰਚਣਗੇ, 6 ਮਈ ਨੂੰ ਫਿਲਮ ਜ਼ਰੂਰ ਵੇਖਣਗੇ। ਥੈਂਕ ਯੂ ਵੈਰੀ ਜੀ, ਅਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ 6 ਮਈ ਜ਼ੋਰਾਵਰ ਥੀਏਟਰ ਵਿੱਚ ਆਓ, ਔਰ ਸਾਡਾ ਪੰਜਾਬੀ ਸਿਨੇਮਾ ਹੌਲੀ ਹੌਲੀ ਵਾਪਸ ਇਸਟੈਬਲਿਸ਼ ਹੋ ਰਿਹਾ, ਔਰ ਪੰਜਾਬ ਵਿੱਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ, ਟੈਲੈਂਟ ਦੀ ਕੋਈ ਕਮੀ ਨਹੀਂ ਹੈ, ਔਰ ਅਸੀਂ ਬਹੁਤ ਵਧੀਆ ਫਿਲਮਾਂ ਬਣਾ ਸਕਦੇ ਹਾਂ। ਪਵਨ ਮਲਹੋਤਰਾ ਤੋਂ ਇਲਾਵਾ ਇਸ ਫਿਲਮ ਵਿੱਚ ਵਿਜੇ ਬਾਨੀ ਆਪਣਾ ਡੈਬਿਊ ਪੰਜਾਬੀ ਸਿਨੇਮਾ ਵਿੱਚ ਕਰ ਰਹੀ ਹੈ, ਜਿਨ੍ਹਾਂ ਦੀ ਵੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਇਸ ਫਿਲਮ ਵਿੱਚ ਇੱਕ ਖਾਸ ਸਰਪ੍ਰਾਈਜ਼ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆਉਣ ਵਾਲਾ, ਇਹਨਾਂ ਨੂੰ ਟੈਲੀਵਿਜ਼ਨ ਵਿੱਚ ਤੁਸੀਂ ਵੇਖ ਚੁੱਕੇ ਹੋ, ਕੁਝ ਫਿਲਮਾਂ ਵਿੱਚ ਵੀ ਵੇਖਿਆ ਹੈ, ਬਾਨੀ ਜੀ ਸਾਡੇ ਨਾਲ ਨੇ। ਬਾਨੀ ਜੀ ਇਹਨੂੰ ਪੀਟੀਸੀ ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਬਸ ਤੁਸੀਂ ਸੁਣਾਓ, ਕੀ ਹਾਲ? ਬਹੁਤ ਹੀ ਵਧੀਆ, ਬਹੁਤ ਹੀ ਟਾਈਮ ਦੇ ਨਾਲ ਅਸੀਂ ਸਭ ਬਹੁਤ ਹੀ ਬੇਸਬਰੀ ਦੇ ਨਾਲ ਵੇਟ ਕਰ ਰਹੇ ਸੀ ਕਿ ਜ਼ੋਰਾਵਰ ਦਾ ਰਿਲੀਜ਼ ਹੋਊਗਾ, ਤਾਂ ਅੱਜ ਤਾਂ ਐਟਲੀਸਟ ਵੀ ਗੈਟ ਟੂ ਸੀ ਦਾ ਟ੍ਰੇਲਰ, ਤੋਂ ਆਮ ਵੈਰੀ ਵੈਰੀ ਐਕਸਾਈਟਿਡ, ਕਿਉਂਕਿ ਮੇਰੀ ਜੋ ਕੈਰੈਕਟਰ ਹੈ ਫਿਲਮ ਮੇਂ ਉਸਕਾ ਨਾਮ ਜ਼ੋਇਆ ਹੈ, ਐਂਡ ਕਾਫੀ ਸਿਮਿਲਰ ਹੈ, ਮੇਰੀ ਤਰ੍ਹਾਂ ਹੀ ਹੈ, ਕਾਫੀ ਇੱਕਦਮ ਬਿੰਦਾਸ ਹੈ, ਬਹੁਤ ਹੀ ਬਿੰਦਾਸ ਹੈ, ਬਹੁਤ ਹੀ ਗੈਂਗਸਟਰ ਸਟਾਈਲ ਹੈ ਉਸਕਾ, ਔਰ ਕਾਫੀ ਬੰਦੂਕਿਓ ਕਾ ਸ਼ੌਕ ਹੈ ਉਸਕਾ, ਪਰ ਆਈ ਥਿੰਕ ਬਹੁਤ ਹੀ ਅੱਛਾ ਚੇਂਜ ਮਿਲੇਗਾ ਆਡੀਅੰਸ ਕੋ, ਕਿਉਂਕਿ ਹਮੇਸ਼ਾ ਉਹ ਮੁਝੇ ਦੇਖਦੇ ਹੈ ਐਜ਼ ਅ ਵੀਜੇ ਐਂਡ ਆਲ ਆਫ ਦੈਟ, ਆਮ ਮੋਸਟਲੀ ਮਾਈ ਸੈਲਫ, ਪਰ ਪਿਕਚਰ ਮੇਂ ਤਾਂ ਇਟਸ ਅ ਵੈਰੀ ਡਿਫਰੈਂਟ ਜ਼ੋਨ, ਵੈਰੀ ਸੀਰੀਅਸ, ਐਂਡ ਇਟਸ ਗੁੱਡ ਟੂ ਬੀ ਗੁੱਡ। ਫਿਲਮ ਦੇ ਵਿੱਚ ਯੋ ਯੋ ਕਰ ਰਹੇ ਹੋ ਕਿ ਨਹੀਂ, ਕਿਹੋ ਜਿਹਾ ਐਕਸਪੀਰੀਅੰਸ ਲਿਆ ਹਨੀ ਸਿੰਘ ਨਾਲ ਕੰਮ? ਯੋ ਯੋ ਤਾਂ ਸਿਰਫ ਯੋ ਯੋ ਹਨੀ ਸਿੰਘ ਹੀ ਕਰਦੇ ਹਨ, ਤਾਂ ਵੀ ਜਸਟ ਫੋਲੋ ਹਿਮ ਅਰਾਊਂਡ ਵੀ ਲਾਈਕ ਦੈਟ। ਤੇ ਇਸ ਤੋਂ ਇਲਾਵਾ ਪਹਿਲੀ ਵਾਰ ਤੁਸੀਂ ਪੰਜਾਬੀ ਫਿਲਮ ਵਿੱਚ ਕਦਮ ਰੱਖਣ ਜਾ ਰਹੇ ਹੋ? ਪਹਿਲੀ ਵਾਰ, ਦਿਸ ਇਜ਼ ਮਾਈ ਫਸਟ ਪੰਜਾਬੀ ਫਿਲਮ ਆਮ ਡੂਇੰਗ, ਸੋ ਆਮ ਵੈਰੀ ਐਕਸਾਈਟਡ ਅਬਾਊਟ ਇਟ। ਤੇ ਪੰਜਾਬੀ ਜਿਹੜੀ ਮਾਂਦਰੀ ਜ਼ੁਬਾਨ ਹੈ, ਉਸ ਨਾਲ ਕਿੰਨਾ ਕੋ ਰਾਬਤਾ ਪਹਿਲੇ ਰਿਹਾ, ਤੇ ਹੁਣ ਕਿੰਨੀ ਪਾਲਿਸ਼ ਹੋ ਗਈ ਇਸ ਫਿਲਮ ਤੋਂ ਬਾਅਦ? ਐਕਚੁਅਲੀ ਫਿਲਮ ਤੇ ਇਟਸ ਬੀਨ 2 ਈਅਰਸ, ਜਦੋਂ ਵੀ ਫਿਨਿਸ਼ ਦ ਸ਼ੂਟਿੰਗ ਆਫ ਦ ਫਿਲਮ, ਤਾਂ ਉਸ ਵਕਤ ਆਈ ਵਾਸ ਸਪੀਕਿੰਗ ਸੋ ਮਚ ਪੰਜਾਬੀ, ਐਂਡ ਮਾਈ ਮਦਰ ਵਾਸ ਆਲ ਲਾਈਕ, ਯੂ ਹੈਵ ਵੀ ਨੇਵਰ ਟੌਟ ਯੂ ਪੰਜਾਬੀ, ਹਾਊ ਡੂ ਯੂ ਨੋ ਪੰਜਾਬੀ, ਸ਼ੀ ਸਪੀਕ ਆਸਕਿੰਗ ਲਾਈਕ ਦੈਟ, ਆਈ ਸੇ ਨਹੀਂ ਨਹੀਂ, ਕਿਉਂਕਿ ਫਿਰ ਹਨੀ ਦੇ ਨਾਲ ਵੀ ਰਹਿ ਕੇ ਤਾਂ ਹਰ ਬੰਦਾ, ਹਰ ਬੰਦੀ ਸੈੱਟ ਦੇ ਉੱਤੇ ਹਮੇਸ਼ਾ ਵੈਟ ਜਸਟ ਟੌਕਿੰਗ ਇਨ ਪੰਜਾਬੀ, ਬਟ ਨਾਓ ਆਫ ਕੋਰਸ ਯੂ ਇਨ ਬੋਂਬੇ ਇਟਸ ਬਾਲੀਵੁੱਡ, ਯੂ ਸਪੀਕਿੰਗ ਇਨ ਹਿੰਦੀ, ਆਮ ਡੂਇੰਗ ਅ ਸਾਊਥ ਫਿਲਮ, ਸਪੀਕਿੰਗ ਇਨ ਤੇਲਗੂ, ਸੋ ਇਟਸ ਆਲ ਮਿਕਸਡ ਅਪ। ਬਹੁਤ ਹੋ ਗਈ ਅੰਗਦ, ਹੁਣ ਜਵਾਬ ਦੇਣ ਦਾ ਵੇਲਾ ਆ ਗਿਆ। ਇਦਾਂ ਕਤਲ ਕਰੂੰਗਾ ਕਿ ਦੁਨੀਆ ਯਾਦ ਰੱਖੂਗੀ। ਪੰਜਾਬੀ ਸਿਨੇਮਾ ਨੂੰ ਇੱਕ ਵੱਖਰੇ ਮੁਕਾਮ ਤੇ ਲੈ ਜਾਣ ਦਾ ਇੱਕ ਉਪਰਾਲਾ ਜ਼ੋਰਾਵਰ, ਜੋ 6 ਮਈ ਨੂੰ ਰਿਲੀਜ਼ ਹੋ ਰਹੀ ਹੈ, ਚਰਚਾ ਦਾ ਵਿਸ਼ਾ ਬਣ ਚੁੱਕੀ ਹੈ, ਕਿਉਂਕਿ ਇੱਕ ਲੰਬੇ ਵਕਫੇ ਤੋਂ ਬਾਅਦ ਜਿੱਥੇ ਯੋ ਯੋ ਹਨੀ ਸਿੰਘ ਇਸ ਤੋਂ ਆਪਣਾ ਕਮਬੈਕ ਕਰ ਰਹੇ ਨੇ, ਉੱਥੇ ਉਹਨਾਂ ਦੇ ਫੈਨਸ ਦੀ ਉਡੀਕ ਵੀ ਖਤਮ ਹੋ ਰਹੀ ਹੈ। ਉੱਥੇ ਡਾਇਰੈਕਟਰ ਵਿਨੀਲ ਮਰਕਨ, ਜਿਨ੍ਹਾਂ ਦੀ ਸਾਂਝ ਯੋ ਯੋ ਨਾਲ ਪਿਛਲੇ 11 ਸਾਲਾਂ ਤੋਂ ਹੈ, ਉਹਨਾਂ ਦੀ ਪਹਿਲੀ ਪਸੰਦ ਇਸ ਕਿਰਦਾਰ ਲਈ ਸ਼ੁਰੂ ਤੋਂ ਯੋ ਯੋ ਹਨੀ ਸਿੰਘ ਹੀ ਸਨ। ਦ ਮੈਨ ਬਿਹਾਈਂਡ ਫਿਲਮ ਜ਼ੋਰਾਵਰ ਜਿਹੜੇ ਨੇ ਵਿਨੀਲ, ਉਹ ਇਸ ਵਕਤ ਸਾਡੇ ਨਾਲ ਇਸ ਫਿਲਮ ਦਾ ਡਾਇਰੈਕਟਰ ਵਿਨੀਲ ਜੀ ਆਇਆਂ ਨੂੰ ਪੀਟੀਸੀ ਪੰਜਾਬੀ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਅੱਜ ਕਿੰਨੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਟ੍ਰੇਲਰ ਦਾ ਇੰਨਾ ਗ੍ਰੈਂਡ ਲਾਂਚ ਮੁੰਬਈ ਵਿਖੇ ਹੋ ਰਿਹਾ ਜ਼ੋਰਾਵਰ ਦਾ? ਜੀ ਜੀ, ਇਹ ਸਭ ਪੀਟੀਸੀ ਕੀ ਮਿਹਰਬਾਨੀ ਹੈ ਕਿ ਇਹ ਫਿਲਮ ਬਣੀ, ਔਰ ਹਮ ਲੋਕ ਸਭ ਸਾਥ ਮੇਂ, ਆਰ ਐਨ ਸਰ ਔਰ ਰਾਜੀ ਮੈਡਮ, ਉਹਨਾਂ ਨੇ ਇਹ ਫਿਲਮ ਸੈਟਅਪ ਕੀ, ਐਂਡ ਨਾਓ ਅੱਜ ਮਿਹਨਤ ਦਾ ਫਲ ਹੈ, ਲੈਟਸ ਸੀ ਅੱਗੇ ਕੀ ਹੁੰਦਾ ਹੈ। ਇਹ ਫੌਜੀਆਂ ਦਾ ਕੰਮ ਨਹੀਂ ਹੈਗਾ, ਇੱਥੇ ਨਿਸ਼ਾਨਾ ਹੀ ਨਹੀਂ, ਦਿਮਾਗ ਵੀ ਤੇਜ਼ ਹੋਣਾ ਚਾਹੀਦਾ। ਟ੍ਰੇਲਰ ਲਾਂਚ ਹੋਇਆ, ਟੀਜ਼ਰ ਸਾਹਮਣੇ ਆਇਆ, ਲੋਕ ਬੜਾ ਪਰਵਾਹ ਹੁੰਗਾਰਾ ਦੇ ਰਹੇ ਨੇ, ਉਮੀਦਾਂ ਹੋਰ ਵੱਧ ਗਈਆਂ ਨੇ, ਕਿਤੇ ਦਿਲ ਤੁਕ ਤੁਕ ਕਰ ਰਹੇ ਹੋ? ਨਹੀਂ, ਐਕਚੁਲੀ ਮੈਂ ਕਾਫੀ ਕੌਨਫੀਡੈਂਟ ਹੂੰ ਇਸ ਫਿਲਮ ਕੇ ਬਾਰੇ ਮੇਂ, ਸੋ ਥੋੜ੍ਹਾ ਬਹੁਤ ਹੋਗਾ ਨਰਵਸ ਇਨਸਾਨ ਹੋ, ਬਟ ਮੇਰੇ ਖਿਆਲ ਸੇ ਇੱਕਦਮ ਰਾਈਟ ਲਾਂਚ ਹੈ ਇਸ ਪਿਕਚਰ ਕੀ, ਔਰ ਇਹ ਪਿਕਚਰ ਆਗੇ ਜਾ ਕੇ ਮੇਰੇ ਖਿਆਲ ਸੇ ਲੋਕੋ ਕੋ ਬਹੁਤ ਪਸੰਦ ਆਏਗੀ। ਇਸ ਵਿੱਚ ਯੋ ਯੋ ਹਨੀ ਸਿੰਘ ਜਿਹੜੇ ਇੱਕ ਫੌਜੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਨੇ, ਅਤੇ ਉਹਨਾਂ ਦਾ ਆਪਣਾ ਮੰਨਣਾ ਹੈ ਕਿ ਅਜਿਹਾ ਕਿਰਦਾਰ ਉਹ ਕਰਨਾ ਚਾਹੁੰਦੇ ਸੀ, ਤੁਹਾਡੀ ਪਹਿਲੀ ਚੋਇਸ ਉਹੀ ਸੀ ਸ਼ੁਰੂ ਤੋਂ? ਜੀ ਹਾਂ, ਮੇਰੀ ਪਹਿਲੀ ਚੋਇਸ ਹਨੀ ਸਿੰਘ ਥੇ, ਔਰ ਉਹ
सोल्जर ऑफिसर ऑन स्पेशल ड्यूटी हैं, तो वो एक स्पेशल विंग को बिलोंग करते हैं, सो उनका कैरेक्टर वैसा है, और क्योंकि वो इतने लार्जर देन लाइफ कैरेक्टर हैं और तो इसलिए ऐसा लगा कि वही कैरेक्टर है इसका। सिर्फ ए नहीं, फिल्म विच यो यो हनी सिंह पारुल गुलाटी नाल रोमांस करते भी नजर आएंगे। इस फिल्म में ग्लैमर का तड़का जो बखूबी लग रहा है। जोरावर बानी जी असा मुलाकात की, तो हूँ साढ़े नाल पारुल ने जो इस फिल्म में नज़र आ रहे हैं। जी आया पारुल, की हाल ने तुहाडे? मैं बहुत वधिया, थैंक यू सो मच। पारुल जानना चाहवांगे, जोरावर फिल्म एक बड़ा ब्रेक है, पीडीजी की फिल्म है, तो नाल यो यो हनी सिंह नाल नज़र आ रहे हो, कहो जिहा एक्सपीरियंस रहा? मैं तो इन्नी खुश हाँ, मैं फुल्ली नहीं समा रही हाँ, आई एम फीलिंग सो गुड, तो मैं आई एम सो ग्रेटफुल टू बी अ पार्ट ऑफ सच अ फिल्म एंड ऑपोजिट हनी सिंह, ही इज़ अ रॉक स्टार एंड इट्स सच अ वंडरफुल कास्ट, आई एम सो हैप्पी टू बी अ पार्ट ऑफ सच अ फिल्म एंड या। ट्रेलर लॉन्च जो मुंबई विखे हो रहा है ना, ग्रैंड लॉन्च अज किया जा रहा है, उम्मीदा फिल्म के ट्रेलर तो बाद टीजर तो बाद होर बढ़ गई हैं, तो उन्होंने लगता है कि उम्मीदा तो पूरा खरा उतरन ले तैयार हो? आई नो, जस्ट रविंद्र जी टोल्ड मी हाउ इट्स ट्रेंडिंग, हर जगह ट्रेंड हो रहा है ट्विटर से जोरावर ते टीजर दा, तो आई होप लोगों पसंद आए, लोगों के एक्सपेक्टेशंस ते खरी उतरे, पर मैं वेख चुकी हाँ ट्रेलर, मैंने लगता लोगों बहुत पसंद आऊगा एंड आई एब्सोल्युटली लव इट। गौरतलब है कि जोरावर का ट्रेलर लॉन्च जिन्ना जोरदार रहा उन्ना परवाह हुंगारा इस दे ट्रेलर नू यूट्यूब ते भी मिलिया, क्योंकि लॉन्च तो बाद जद इस नू यूट्यूब ते पाया गया तो कुछ ही पला अंदर इस दे व्यूज इन्ने हो गए कि जोरावर ने यूट्यूब टॉप ट्रेंडिंग लिस्ट विच सब तो उपरले पायदान ते अपनी जगह पक्की कर ली। जोरावर का ट्रेलर देखा मैनू काफ़ी दिलचस्प ते रोचक लग्या, क्योंकि एडे बजट ते जां एडे पैमाने ते पहला पंजाबी इंडस्ट्री दे विच कोई फिल्म नहीं बनी सी, देख के काफ़ी तसली हुई है कि शायद ये पंजाबी सिनेमा नू एक नवी मुकाम ते लै जाएगा। तो हनी सिंह की एक्टिंग जिथे तक कही है, मिर्जे च मैं उहदी थोड़ी एक्टिंग देखी सी, काफ़ी अलग लगी सी जिन्नी हुण पंजाबी अदाकारी हुंदी आ। देखो हनी सिंह भी एक अच्छा सिंगर है, रैपर है, वधिया म्यूजिक डायरेक्टर भी वधिया गा, इस मूवी में आके उन्हें काफ़ी अच्छा काम किया गा, कुछ अच्छा होर देखने को मिले गा, उम्मीद करते उस तो अगे तो भी होर वधिया मिलेगा सानू देखने। मैनू बहुत ही अच्छा ते शानदार ट्रेलर लग्या, मैं उम्मीद करती हाँ कि मूवी भी उन्नी ही वधिया होवेगी। तो जे गल करिए हनी सिंह की एज ए सिंगर, तो हमेशा तो ही मेरे फेवरेट रहे हैं और उन्होंने बहुत अच्छे अच्छे गाने निकाले ने, बट जे गल करिए मूवी की तो वो तो वेख के पता चलेगा, बट मैंने बहुत एक्सपैक्टेशंस ने हनी सिंह तो कि उन्होंने मूवी बहुत अच्छी होगी। ट्रेलर बहुत वधिया लग्या जी, तो ट्रेलर दे विच जिहड़ी लोकेशन दिखाई गई हैं वो भी बहुत वधिया दिखाई गई हैं, तो वो गाने भी असं अगे देखते हैं, तो अगे मूवी भी देखने वास्ते भी वेट कर रहे हैं, जिदी जल्द रिलीज़ हो देखा जाइए। ट्रेलर रिलीज़ होया, ट्रेलर काफ़ी अच्छा है, बहुत वधिया मैंने लग्या, होप्स मैं उम्मीद करता कि उन्होंने मूवी अच्छी जाएगी और सानू एंटरटेनमेंट भी करेगी। हाँ जी, अज मैं घर बैठा सी, हनी सिंह का ट्रेलर टीवी दे आ रहा सी, ट्रेलर बहुत ही सोहना लग्या, हनी सिंह काफ़ी टाइम तो फिल्म इंडस्ट्री के दिख नहीं रहे, इन्हों की एक दो फिल्म पहले आई ने, मैनू आस आ कि जी इन दी फिल्म बहुत बड़े बजट की होगी, बहुत सोहनी तो बहुत ही वधिया फिल्म होगी। जो हनी सिंह की फिल्म रिलीज हो बाकी उस ट्रेलर तो पता लगता भी धमाकेदार मूवी हो चुकी है, जिमें तो ट्रेलर च ही निचोड़ पता लग जाता मूवी का कितने किन्नी होनी है, तो जो वक् वक् वधिया आर्टिस्ट ले हुए हैं जिमें पवन मल्होत्रा जी होर, उन्होंने तो फिल्म की निखार होर भी उभर के आएगा, तो होर हनी सिंह का म्यूजिक एक्टिंग वो तो हमेशा ही लाजवाब है। बाकी ये पंजाबी सिनेमा लिए माण की गल है कि हनी सिंह पंजाबी दे विच मूवी कर रहा है, तो सोंग्स तो वो आँदी है, तो नाल दी नाल मूवी उहदी देखने मिलेगी, तो बड़े बजट की मूवी है, वो करके पंजाबी सिनेमा लिए माण की गल है, तो हनी सिंह तो पी टी सी मोशन पिक्चर्स नू मेरे वालों बेस्ट विशेज ने, उन्हां दी फिल्म कामयाब होगी। छे मई को रिलीज़ होने वाली पी टी सी मोशन पिक्चर्स की फिल्म जोरावर के ट्रेलर को लोगों वालों जिन्ना प्यार दिता गया है उस तो यह अंदाजा लाया जा सकता है कि फिल्म को वेखन को लेकर लोगों में बेकरारी दिन ब दिन बढ़ती जा रही है। तेरे अंदर इन्नी हिम्मत ते इन्नी ताकत आई कितों है? साड़ी सिंगा दी कौम है सर, शहीदा दी कौम, सानू हिम्मत ए ताकत साड़ी कौम चो मिली है सर।